हेलो जी, सत श्री अकाल जी। मैं अमनदीप कौर, पंजाबी कुकिंग एंड पंजाबी कल्चर विच थोड़ा स्वागत करदी हां। ए फ्रेंड्स, मैं कल वाला ब्लॉग जिथों अपने एंड करे सी ब्लॉग दा, उत्थों ही मैं दोबारा फिर ब्लॉग शुरू कर लिया सीगा। ते उद्धम दा मामू सैल्फियां ले रहे सीगे। ते उद्धम कहंदा वी मामू इदां नहीं, क्योंकि इहनू इहदा मामू ना अलग अलग फेस बना के इहदियां सैल्फियां लैंदा है, इस करके फिर कहंदा मामू मैं सैल्फियां लेनियां। उस तो पहले फ्रेंड, जो तुम मेरे चैनल देना मैं तो प्लीज़ मेरे चैनल सबसक्राइब जरूर कर लियो। तो जो थोड़ी मेरी वीडियो पसंद आती है तो प्लीज़ मैं लाइक तो कमेंट करके जरूर दस्या करो। तो वीडियो एंड तक जरूर देखा करो जी। देखो उद्धम ने किन्नी ज़्यादा मस्ती करी, तो लुकता फिर रहा नानी मम्मा के पिछे। अजे बहुत ज़्यादा खुश होया फिर, क्योंकि अज अजे नानी मम्मा के मामू आए हुए थे, तो उधरों मामी जी उन्हें भी आए हुए थे। बहुत ज़्यादा मस्ती करी अज तक उद्धम ने, तो घ्योर भी रज के खाधे। चलो जी, तुम करो वीडियो में इंजॉय। बाकी मम्मी ने संधारा लेके आए ने, मैं थोड़ा पहला भी दसिया है, जो भरा तीन का संधारा लेके आते तो भैन में बहुत ज़्यादा चा हों, हर एक भरा भैन का संधारा लेके जाता है। तो इस तरह मम्मी का भी संधारा आया। चलो जी, हूँ उधम मेरा भरा ले रहा उधम दोटो। तो उधम बहुत ज़्यादा मस्ती करता है, थोड़ा पता है सारे, उधम जो बहुत ज़्यादा शरारती है। असं बहुत ज़्यादा खुश हो सारे जने, तीजा का संधारा आया। तो इतने उधम खड़ नहीं रहा है, मसा ही खड़ाया सीगा। तो फ्रेंड्स, जो मेरा सैकेंड चैनल है विलेज लाइव पंजाब, उन्होंने भी तुम जरूर सबसक्राइब कर लियो, क्योंकि वह जो लिंक है डिस्क्रिप्शन बॉक्स में दे दूँगी। तो इधर सरदार जी तैयार हो रहे थे, इधर असी सारे मस्तियाँ कर रहे थे, हस रहे थे, तो अपना गल्लां कर रहे थे, हासी मजाक कर रहे थे एक दूजे को। मामी जी ने भी सारे खुश हो सके असी अज। तो मामा जी, मैं थोड़ा दसिया मामा जी गए हुए थे सर्विस करान, जो मामा जी आएंगे मैं थोड़ा उन्होंने जरूर दिखाऊंगी। चलो जी, तुम करो वीडियो में इंजॉय। ये पुदीना लाया हुआ है, ये की अभी पहले एक
ਪਤਾ ਲਿਆ ਰੁਕ ਕਾਤੇ ਗਏ ਚਲੋ ਜੀ ਫਰੈਂਡਸ ਮੰਮੀ ਨੂੰ ਚਲੇ ਗਏ ਹੁਣ ਕਾਫੀ ਟਾਈਮ ਹੋ ਗਿਆ ਟਾਈਮ ਜਿਹੜੇ 5 ਵਜ ਰਹੇ ਨੇ ਸਵੇਰ ਦੇ ਮੰਮੀ ਹੁਣੇ ਆਏ ਹੋਏ ਨੇ ਤੇ ਮੇਰੇ ਤੀਆਂ ਦਾ ਸੰਧਾਰ ਦੇ ਕੇ ਚੱਲੇ ਗਏ ਜੀ ਚਲੋ ਜੀ ਹੁਣ ਆਪਾਂ ਬਾਕੀ ਤੁਹਾਨੂੰ ਘਿਓਰ ਵਗੈਰਾ ਦਿਖਾਣੇ ਆ ਤੇ ਹੋਰ ਕੀ ਕੀ ਸਮਾਨ ਲੈ ਗਏ ਅੱਜ ਮੇਰਾ ਵੀ ਸੰਧਾਰ ਆਇਆ ਤੇ ਮੰਮੀ ਦਾ ਵੀ ਸੰਧਾਰ ਆਇਆ ਸਾਡੀ ਤਾਂ ਦੋਨਾਂ ਦਾ ਤੀਜਾਂ ਦਾ ਸੰਧਾਰ ਆ ਗਿਆ ਮਾਮਾ ਜੀ ਤੇ ਮਾਮੀ ਜੀ ਵੀ ਆਏ ਨੇ ਤੇ ਇੱਧਰ ਮੇਰੇ ਮੰਮੀ ਨੇ ਵੀ ਆਏ ਸੀਗੇ ਚਲੋ ਜੀ ਹੁਣ ਆਪਾਂ ਨਾਲ ਤੁਹਾਨੂੰ ਘਿਓਰ ਦਿਖਾਣੇ ਆ ਨਾਲੇ ਪਹਿਲਾਂ ਤਾਂ ਤੁਹਾਨੂੰ ਆਪਾਂ ਬਾਹਰ ਦਾ ਜਿਹੜਾ ਮੌਸਮ ਆ ਦਿਖਾ ਦਿੰਦੇ ਆ ਬਾਹਰ ਜਿਹੜੀ ਗਰਮੀ ਬਹੁਤ ਪੈ ਰਹੀ ਹੈ ਅੰਦਰ ਤਾਂ ਏਸੀ ਸੀਗਾ ਏਸੀ ਵਿੱਚ ਗਰਮੀ ਨਹੀਂ ਲੱਗ ਰਹੀ ਸੀਗੀ ਤੇ ਹੁਣ ਬਾਹਰ ਗਰਮੀ ਲੱਗ ਰਹੀ ਆ ਆ ਕੇ ਦੇਖੋ ਬਾਹਰ ਜਿਹੜੀ ਧੁੱਪ ਹੈ ਕਿੰਨੀ ਜ਼ਿਆਦਾ ਪੈ ਰਹੀ ਹੈ ਚਲੋ ਆਓ ਹੁਣ ਆਪਾਂ ਅੰਦਰ ਚੱਲਦੇ ਆ ਤੇ ਨਾਲੇ ਤੁਹਾਨੂੰ ਘਿਓਰ ਦਿਖਾਉਂਦੇ ਆ ਜਾ ਕੇ ਆ ਚੱਲੀਏ ਕਿਆ ਮਸਤੀਆਂ ਮਾਰ ਰਹੇ ਹੈ ਹਾਂ ਓਏ ਗਰਮੀ ਕਿੰਨੀ ਪੈ ਰਹੀ ਹੈ ਉਧਰ ਨਵੀਂ ਸਾਈਕਲ ਲੈਣੀ ਹੈ ਕਿੰਨੇ ਘਿਓਰ ਖਾਣੇ ਆ ਉਦੋਂ ਨੇ ਹੈ ਉਦੋਂ ਕਿੰਨੇ ਘਿਓਰ ਖਾਣੇ ਆ ਇਹ ਕੁੜੀ ਸ਼ਰਮ ਆ ਰਹੀ ਹੈ ਲੈ ਬਜਾਰੇ ਨਾਨੀ ਮੰਮਾ ਲੈ ਕੇ ਆਉਣੀ ਗਈ ਹੈਗੀ ਨਾਨੀ ਮੰਮਾ ਤੋਰੀ ਛੱਡ ਗਈ ਤੈਨੂੰ ਹੈ ਓਏ ਜਾਣਾ ਤਾਂ ਨਾਨੀ ਮੰਮਾ ਗਿਲਦਾ ਲੈ 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 ਕਹਿੰਦੇ ਰੋਣ ਆਪੂਗੇ ਕੱਲ੍ਹ ਸਹੁਰਿਆਂ ਨੂੰ ਚਲੀ ਜਾਈ ਰੋਣਾ ਪੂਗੇ ਕੱਲ ਸਹੁਰਿਆਂ ਨੂੰ ਚਲੀ ਜਾਈ ਚਲੋ ਜੀ ਮੰਮੀ ਉਹਨੇ ਚਲੇ ਗਏ ਦੇਖ ਇੱਧਰ ਪਿੰਦਾ ਤੇ ਉਦਮ ਮਸਤੀਆਂ ਮਾਰ ਰਹੇ ਨੇ ਤੇ ਉਦਮ ਤਾਂ ਜੀ ਘਿਓਰ ਖਾ ਖਾ ਕੇ ਰੱਜ ਗਿਆ ਉਦਮ ਕਿੰਨੇ ਘਿਓਰ ਖਾਏ ਹੈ ਓਏ ਦੱਸਦਾ ਨਹੀਂ ਹੈਗਾ ਕੁਛ ਸ਼ਰਮ ਗਿਆ ਸਵੇਰ ਕਾ ਘਿਓਰ ਹੀ ਖਾਣ ਲੱਗਿਆ ਵਾ ਇਹਨੇ ਆਪਣੀ ਨਾਨੀ ਮੰਮਾ ਨੂੰ ਫੋਨ ਕਰਦਾ ਕਹਿੰਦੇ ਨਾਨੀ ਮੰਮਾ ਨਾਲੇ ਰਸਗੁੱਲੇ ਲੈ ਕੇ ਆਇਆ ਤੁਹਾਨੂੰ ਪਤਾ ਹੈ ਵੀ ਜਦੋਂ ਬੱਚੇ ਕਹਿ ਦਿੰਦੇ ਵੀ ਇਹ ਚੀਜ਼ ਲੈਣੀ ਹੈ ਇਹ ਚੀਜ਼ ਲੈਣੀ ਹੈ ਫਿਰ ਨਾਨੇ ਮੰਮੀਆਂ ਨੂੰ ਹੁੰਦਾ ਇਹ ਹੈ ਤੇ ਇਹਦੇ ਮਾਮਾ ਜੀ ਤੇ ਨਾਨੀ ਮੰਮਾ ਇਹਦੇ ਫਿਰ ਇਹਦੇ ਵਾਸਤੇ ਘਿਓਰ ਕਹਿੰਦਾ ਡੋਗੀ ਲਿਆਇਓ ਕੱਲ੍ਹ ਦਾ ਫੋਨ ਕਰ ਰਿਹਾ ਇਹ ਆਪਣੇ ਮਾਮੂ ਨੂੰ ਕਹਿੰਦਾ ਮੈਂ ਤੁਹਾਨੂੰ ਗੱਡੀ ਦਵਾਉਂਗਾ ਜੇ ਤੁਸੀਂ ਮੈਨੂੰ ਡੋਗੀ ਲਿਆਣ ਕੇ ਦਿਓਗੇ ਇੰਨਾ ਜ਼ਿਆਦਾ ਚਲਾ ਕੇ ਇਹਨੇ ਗੱਡੀ ਜਿਹੜੀ ਸਕੋਰਪੀਓ ਗੱਡੀ ਦੀ ਜਿਹੜੀ ਫੋਟੋ ਹੈ ਸਕਰੀਨਸ਼ੋਟ ਲੈ ਕੇ ਆਪਣੇ ਮਾਮੂ ਨੂੰ ਭੇਜਤੀ ਕਹਿੰਦਾ ਅਸੀਂ ਇਹ ਵਾਲੀ ਗੱਡੀ ਰੱਖੀ ਹੋਈ ਤੁਹਾਨੂੰ ਦੇਣ ਵਾਸਤੇ ਤੇ ਕਹਿੰਦਾ ਤੁਸੀਂ ਸਾਨੂੰ ਡੋਗੀ ਦੇ ਦਿਓ 50,000 ਦਾ ਕਹਿੰਦਾ ਮੈਂ ਤੁਹਾਨੂੰ 30,000 ਦੀ ਗੱਡੀ ਦੇ ਦੂੰਗਾ ਦੇਖੋ ਬੱਚਿਆਂ ਦੇ ਕੰਮ ਦੇਖੋ ਇੱਧਰ ਸਾਡੇ ਮਾਮਾ ਜੀ ਆਏ ਹੋਏ ਨੇ ਇਹ ਸਾਡੇ ਮਾਮਾ ਜੀ ਜਿਹੜੇ CR ਪੁਲਿਸ ਵਿੱਚ ਲੱਗੇ ਹੋਏ ਨੇ ਤੇ ਮਾਮਾ ਜੀ ਮੰਮੀ ਦਾ ਮੰਮੀ ਵਾਸਤੇ ਘਿਓਰ ਲੈ ਕੇ ਆਏ ਨੇ ਸੰਧਾਰਾ ਲੈ ਕੇ ਆਏ ਨੇ ਅੱਜ ਅੱਛਾ ਜੀ ਠੀਕ ਹੈ ਖਾਓ ਤੁਸੀਂ ਚਾਹ ਲੈ ਕੇ ਜਾ ਰਹੇ ਅੰਦਰ AC ਵਿੱਚ ਆ ਕੇ ਸਾਹ ਆਇਆ ਕਿਉਂਕਿ AC ਵਿੱਚ ਜਿਹੜੀ ਠੰਡਕ ਮਿਲਦੀ ਹੈ ਦੇਖੋ ਮੈਂ ਤੁਹਾਨੂੰ ਰੂਮ ਵੀ ਦਿਖਾ ਦਿੰਦੀ ਹਾਂ ਇਹ ਚਾਦਰ ਜਿਹੜੀ ਪਾਓ ਵਾਲੀ ਚਾਦਰ ਵਿਛਾਈ ਹੈ ਜਿਹੜੀ ਆਪਾਂ ਨਵੀਂ ਚਾਦਰ ਲੈ ਕੇ ਆਏ ਸੀਗੇ ਬਾਹਰ ਜਿਹੜੀ ਗਰਮੀ ਬਹੁਤ ਜ਼ਿਆਦਾ ਸੀਗੀ ਗਰਮੀ ਨੇ ਤਾਂ ਵੱਟ ਕੱਢੇ ਪਏ ਨੇ ਮੀਂਹ ਵੀ ਨਹੀਂ ਪੈ ਰਿਹਾ ਹੈਗਾ ਪਤਾ ਨਹੀਂ ਕੀ ਕਰੂਗਾ ਰੱਬ ਇੱਧਰ ਅੱਜ ਅਸੀਂ ਦੂਜਾ ਬੈੱਡ ਵੀ ਨੇੜੇ ਜੋੜ ਲਿਆ ਬੈੱਡ ਨਾਲ ਬੈੱਡ ਲਗਾ ਲਿਆ ਸੀਗਾ ਤੇ ਮੈਂ ਤੁਹਾਨੂੰ ਘਿਓਰ ਤੇ ਬਾਕੀ ਜਿਹੜੇ ਮਾਮਾ ਜਿਹਨੇ ਲੈ ਕੇ ਆਏ ਨੇ ਉਹ ਵੀ ਤੁਹਾਨੂੰ ਦਿਖਾਉਣੀ ਹੈ ਤੇ ਤੁਸੀਂ ਵੀ ਘਿਓਰ ਖਾਓ ਤੇ ਇੰਜੋਏ ਕਰੋ ਲਓ ਜੀ ਇਹ ਹੈਗੀ ਆਪਣੀਆਂ ਬਰਫੀਆਂ ਰਸਗੁੱਲੇ ਗੁਲਾਬ ਜਾਮਣ ਇਹ ਚੋਰਸ ਘਿਓਰ ਹੈ ਤੇ ਇਹ ਗੋਲ ਘਿਓਰ ਨੇ ਇਹ ਮੰਮੀ ਹੁਣੇ ਸੰਧਾਰਾ ਲੈ ਕੇ ਆਏ ਨੇ ਵਿੱਚੇ ਮਾਮਾ ਜੀ ਹੁਣੇ ਲੈ ਕੇ ਆਏ ਨੇ ਲਓ ਜੀ ਖਾਓ ਤੁਸੀਂ ਵੀ ਘਿਓਰ ਮਠਿਆਈ ਤੀਜਾਂ ਦੀ ਅਸੀਂ ਜਿਹੜੀ ਤੀਜ ਇੱਦਾਂ ਮਨਾਈ ਸਾਡੇ ਸੰਧਾਰੇ ਆਏ ਮੇਰੇ ਤੇ ਮੰਮੀ ਦਾ ਦੋਨਾਂ ਦਾ ਇਹ ਹੈਗੇ ਨੇ ਖੋਏ ਵਾਲੇ ਘਿਓਰ
मामा जी ने भी दुख रही है, फुंसी हो गई। दिखाई पुत फुंसी है क्या? चल तोड़न चला भैया ना हो इधर। भैया पहले तो है थे। मेरे फ्रेंड्स मामा जी ने भी चले गए ते उदम दा मामू भी चले गया, सारे जने चले गए। पहले तो सवेरे तो इन्नी ज्यादा रौनक लगी हुई सी, हूं जी रौनक घट गई। थोनू पता है जो रिश्तेदार चले जाते हैं फिर रौनक जी घट जा ने। अज अस बहुत ज्यादा खुश होए, मैं भी हैप्पी हाँ, मम्मी भी हैप्पी है क्योंकि अज साडे दोनों दे संधारे आए सस नूं दे। तुसीं सोंग भी सुने होना सस नूं दा मुकाबला अम्मो सामने। अज सस नूं दा मुकाबला चलिया, मामा जी ने भी आ गए ते मम्मी उन्हें भी आ गए। चलो जी सारे ने इंजॉय करिया ते असीं भी इंजॉय करिया, हुण सारे जने चले गए। टाइम हो गया 6 बज गए शाम दे। देखो मौसम है वधिया हो गया, बदलवाई जी हो रही है, मैं तुहानूं दिखानी हाँ। चलिए जामने उदम दी लत दे हो गई फुंसी ते उदम तो तुरिया नहीं जा रहा है। चलिए जामने दौड़ना, दंगा चक के लिया तोड़नी है। कल शाम होगी, हूं तो कल तोड़ूंगे। चलो जी फ्रेंड्स उम्मीद करते हैं थोड़ा मेरी अज की वीडियो पसंद आई होगी। जे थोड़ा मेरी अज की वीडियो पसंद आई तो प्लीज़ मैं लाइक तो कमेंट करके जरूर दस्यो। तो जो तुम मेरे चैनल देना में तो प्लीज़ चैनल में सबसक्राइब जरूर कर लियो, तो वीडियो में एंड तक जरूर देखा करो जी। चलो जी अपने तो तीजा मना लिया, हूँ तुम भी मनाओ, तुम भी सारे इंजॉय करो जी। चलो जी फिर अपना नैक्सट वीडियो लेके फिर मिलेंगे जी, तब तक लिए बाय बाय।